ਹੁਣ ਤੇਰੀ ਕੀ ਸਲਾਹ ਹੈ ਵੰਨਾ ਨਾ ਵੰਨਾ ਬੰਦਾ ਦਾ ਬੰਦਾ ਤੱਕ ਮੈਂ ਦੱਸੀ ਬੈਠਾ ਹਾਲਾਤ ਇਹ ਹਨ ਮਰੀ ਦੇ ਤੂੰ ਆਪਣਾ ਪੈਸਾ ਸੰਭਾਲ ਕੇ ਰੱਖ ਤੇ ਭਲਾ ਕਿ ਜਿਹੜੇ ਹਾਲਾਤ ਸਹੀ ਥੇ ਵੈਸੇ ਹਨ ਸਾਡੇ ਥੋੜ੍ਹੇ ਕੰਮ ਥੇ ਵੈਸੇ ਹੀ ਠੰਡਾ ਮਿੱਠਾ ਮੌਸਮ ਆਵੇ ਸੀ ਵੱਤ ਕਿਹੜੇ ਲਗਾ ਵਾਂਗੇ ਮਰੀ ਲਗਾ ਵਾਂਗੇ ਜਿਹਦੇ ਵੰਨਣਾ ਹੋਵੇ ਨਾ ਕਦੇ ਸਲਾਹ ਜਿਹਦੇ ਬਣੇ ਤੇ ਜਿਹਦੇ ਘਰ ਲੈ ਕੇ ਨਾ ਹੁਣ ਤੂੰ ਬੰਦਾ ਦਾ ਬੰਦਾ ਪੈਸਾ ਆਪਣਾ ਸੰਭਾਲ ਕੇ ਰੱਖ ਸਿੱਧਾ ਥੀ ਬੇਦੇ ਗੱਪ ਸ਼ੱਪ ਲੈਣਾ ਕੋਈ ਚਾਹ ਸ਼ਾਹ ਪੀਣੇ ਹੈ ਮੇਰੀ ਤੂੰ ਆ ਕੋਈ ਚਾਹ ਸ਼ਾਹ ਕਿੰਨਾ ਦੋ ਕੱਪ ਚਾਹ ਦੇ ਨਾ ਵੀਰਾ ਚਾਹ ਦੀ ਕਿਹੜੀ ਗੱਲ ਹੈ ਚਾਹ ਹੁਣੇ ਮੈਂ ਪੀ ਕੇ ਨਾ ਆ ਬਸ ਗੱਪ ਥੋੜੀ ਜਿਹੀ ਤੇਰੇ ਨਾਲ ਸਲਾਹ ਖਿਨਣੀ ਹੈ ਗੱਪ ਸ਼ਾਹ ਉਹ ਮਰੀ ਦੀ ਸਲਾਹ ਗੱਪ ਲੱਗ ਗਈ ਅੱਲਾ ਬੰਦਾ ਚਾਹ ਹੀ ਪੀਵਣ ਬੜੀ ਗੱਲ ਹੈ ਚਾਹ ਦੋ ਤੰਗ ਕੀ ਵੰਜੀ ਰਾਂਦੀ ਅੱਲਾ ਦਾ ਬੰਦਾ ਘਰ ਰਹਿ ਕੇ ਚਾਹ ਨਾ ਪੀਣਾ ਇਹ ਪਰੀ ਘਰ ਦਵਾਰਾ ਨਹੀਂ ਨਾ ਇਹ ਤਾਂ ਠੀਕ ਹੈ ਬਸ ਚਾਹ ਦੀ ਕਿਹੜੀ ਗੱਲ ਹੈ ਚਾਹ ਦੀ ਗੱਲ ਹੈ ਆਂ ਦੇ ਵੰਦੇ ਬੰਦਾ ਚਾਹ ਪੀ ਜਿੰਦਾ ਹੈ ਚਾਹ ਦੀ ਟੈਨਸ਼ਨ ਨਾ ਜੀ ਚਾਹ ਪੀਣਾ ਹੈ ਤੂੰ ਬੈ ਗੱਪ ਸ਼ੱਪ ਲਾਉਂ ਪੈਸਾ ਸੰਭਾਲ ਕੇ ਰੱਖ ਘਰ ਵਾਲਾ ਕਿਤਨਾ ਰਾਤ ਨੂੰ ਕੀ ਵਾਂਦੇ ਬਲਾ ਮਨੀ ਦੀ ਮੈਂ ਨੇ ਘਰ ਵਾਲੇ ਨੂੰ ਸਮਝਿਆ ਨਹੀਂ ਹੈ ਉਹਨਾਂ ਕੋ ਅੱਜ ਹੈ ਵੀਡੀਓ ਹੀ ਖੜੀ ਹੋ ਬੰਦੇ ਵੀਡੀਓ ਥੀ ਨਾ ਬਣ ਮਰੀ ਦੇ ਹਾਲਾਤ ਖਰਾਬ ਹਨ ਥੋੜੇ ਜਿਹਾ ਉਹਨਾਂ ਕੋ ਅੱਜ ਹੈ ਅੱਲਾ ਦਾ ਬੰਦਾ 25% ਬੰਦੇ ਮਰਦੇ ਪੈਣ ਰਾਤ ਮੈਂ ਖਬਰ ਹੈ ਠਹਿਰ ਵੇ ਚਲਾ ਤੂੰ ਦੇਖ ਤੂੰ ਸਹੀ ਅੱਲਾ ਦਾ ਬੰਦਾ ਇਤਨੇ ਬੰਦੇ ਮਰਦੇ ਪੈਣ 25% ਬਾਅਦ ਤਾਂ ਮਰੀ ਦੀ ਆਪਣੇ ਖਤਮ ਦੀ ਗਈ ਹੈ ਪਰ ਆਪਣੇ ਫੀਸ ਕਿਤਨੇ ਫੀਸਦ ਬੱਚੇ ਦੀ ਆਪ ਦੇ ਕੇ ਉਦੋਂ ਇਮਰਾਨ ਖਾਨ ਦਾ ਵੀ ਕਿਹੜੇ ਬੇਣ ਚੋੜ ਹੈ ਉਹ ਵਾਲਾ ਕਰੇ ਨੇ ਨਾ ਹੁਣ ਆਧੇ ਘਰ ਵਾਲੇ ਨੂੰ ਪੈਸੇ ਉਹਨਾਂ ਕੋ ਆਧੇ ਵਾਸ ਸੰਭਾਲ ਵਾਲਾ ਰੱਖੇ ਨੇ ਆਪਣਾ ਨਿਜ਼ਾਮ ਚਲਾਨੇ ਹਾਂ ਹਾਂ ਵਾਲਾ ਇਨਸ਼ਾਅੱਲਾ ਵੈਨੇ ਆ ਬਸ ਗਰਮੀਆਂ ਕੋ ਗਰਮੀਆਂ ਹੀ ਕਿਹੜੀ ਦੇਰ ਹੀ ਬਸ ਆਈਆਂ ਖਣੀਆਂ ਹਾਂ ਬਸ ਮਹੀਨਾ ਖਣ ਬੱਚਾ ਬਸ ਮਹੀਨਾ ਖਣ ਬੱਚਾ ਵੈ ਇਨਸ਼ਾਅੱਲਾ ਗਰਮੀ ਹੀ ਆਵੇ ਸਨ ਬਸ ਬੁਖਤੇ ਨੇ ਹਾਂ ਬਸ ਠੀਕ ਹੈ ਅੱਡਾ ਤਾਂ ਬੰਦਾ ਨਹੀਂ ਠੀਕ ਹੈ ਉਹ ਤਾਂ ਲੱਗੇ ਹੋਏ ਕਹਿੰਦੇ ਬਸ ਜਿਹੜੀ ਜ਼ਿੰਦਗੀ ਹੈ ਉਹ ਤਾਂ ਅੱਲਾ ਸਿੰਘ ਅਮਾਨਤ ਹੈ ਨਾ ਦੇਖ ਕੇ ਸੰਭਾਲ ਕੇ ਦੇਖੋ ਨਾ ਹਾਂ ਠੀਕ ਹੈ ਸਹੀ ਯਾਰ ਹੁਣ ਬਸ ਠੀਕ ਹੈ ਮਰੀ ਵੰਨਣ ਦਾ ਟਾਈਮ ਕੋ ਨਹੀਂ ਘਰ ਬਹੁ ਠੀਕ ਹੈ ਨਾ ਪਾਕਿਸਤਾਨ ਹੁਣ ਆਪਣੇ ਆਪ ਸੰਭਾਲਣਾ ਹੈ ਮਰੀ ਦੇ ਹਾਲਾਤ ਬਹੁ ਖਰਾਬ ਹਨ ਸਾਡੇ ਚੈਨਲ ਕੋ ਸਬਸਕ੍ਰਾਈਬ ਕਰਾਏ ਘਰ ਬਵਾਏ ਪਾਕਿਸਤਾਨ ਜ਼ਿੰਦਾਬਾਦ।